ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਸਿੱਖ ਸੰਗਠਨ ਵੱਲੋਂ ਰੁਦਰਪੁਰ ਵਿੱਚ ਕਰਵਾਏ ਗਏ ਸੂਬਾ ਪੱਧਰੀ ਪੰਜਾਬੀ ਸਿੱਖ ਮਹਾਂ ਸੰਮੇਲਨ ਵਿੱਚ ਪਹੁੰਚੇ ਬੁਲਾਰਿਆਂ ਨੇ ਸੂਬੇ ਵਿੱਚ ਸਿੱਖ ਸਮਾਜ ਦੀ ਹੋ ਰਹੀ ਅਣਦੇਖੀ ਦਾ ਇਲਜ਼ਾਮ ਲਗਾਇਆ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਚ ਕਰੀਬ 10 ਲੱਖ ਦੀ ਸਿੱਖ ਆਬਾਦੀ ਹੋਣ ਦੇ ਬਾਵਜੂਦ 4 ਸਿੱਖ ਵਿਧਾਇਕਾਂ ਦੇ ਵਿੱਚੋਂ ਕਿਸੇ ਨੂੰ ਵੀ ਮੰਤਰੀ ਮੰਡਲ ਵਿੱਚ ਜਗ੍ਹਾ ਨਹੀਂ ਦਿੱਤੀ ਗਈ। ਕਿਹਾ ਕਿ ਜੇਕਰ ਭਵਿੱਖ ਵਿੱਚ ਉਨ੍ਹਾਂ ਨੂੰ ਬਰਾਬਰ ਦੀ ਹਿੱਸੇਦਾਰੀ ਨਹੀਂ ਮਿਲੀ ਤਾਂ ਇੱਕ ਤਰਫਾ ਫੈਸਲਾ ਲੈ ਕੇ ਵੱਖਰੀ ਭੂਮਿਕਾ ਨਿਭਾਉਣ ਦਾ ਵਿਚਾਰ ਕੀਤਾ ਜਾਵੇਗਾ। ਚਿੰਤਾ ਦੀ ਗੱਲ ਏ ਕਿ ਸਾਡੇ 4 ਵਜੇ ਵਾਰ ਦੇ 1 MLA ਸਰਦਾਰ ਹਰਭਜਨ ਸਿੰਘ ਚੀਮਾ ਹੋਣ ਔਰ ਉਹਨਾਂ ਨੂੰ ਕਿਤੇ ਵੀ ਕੈਬਨਿਟ ਜਗ੍ਹਾ ਨਾ ਮਿਲੇ ਔਰ ਸਾਡੀ 10 ਲੱਖ ਦੀ ਗਿਣਤੀ ਇਸ ਸਟੇਟ ਦੇ ਅੰਦਰ ਹੋਏ ਔਰ ਕੈਨੇਡਾ ਦੇ ਅੰਦਰ 4 ਲੱਖ ਦੀ ਆਬਾਦੀ ਹੋਣ ਤੋਂ ਬਾਅਦ 18 MP ਔਰ ਉੱਥੋਂ ਦਾ ਰਕਸ਼ਾ ਮੰਤਰੀ ਸਰਦਾਰ 4 ਕੈਬਨਿਟ ਮੰਤਰੀ ਬਣਦੇ ਹੋਣ, ਇਹ ਸਾਡੇ ਲਈ ਅੱਜ ਬੜਾ ਸ਼ਰਮ ਦੀ ਗੱਲ ਹੈ ਇਸ ਇਲਾਕੇ ਦੇ ਸੰਗਤ ਲਈ ਕਿ ਅਸੀਂ ਐਡੀ ਵੱਡੀ ਗਿਣਤੀ ਤੋਂ ਹੋਣ ਤੋਂ ਬਾਅਦ ਵੀ ਅੱਜ ਦੂਜਿਆਂ ਦੇ ਵੱਲ ਮੂੰਹ ਚੱਕ ਤੱਕ ਕੇ ਵੇਖ ਰਹੇ ਹਾਂ। ਇਸ ਪਲੇਟਫਾਰਮ ਦੇ ਇਕੱਠੇ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਆਪਣੀ ਆਵਾਜ਼ ਔਰ ਆਪਣੀ ਹੋਂਦ ਜਦੋਂ ਸਾਡੀ ਇਕੱਠੀ ਹੋਏਗੀ, ਅਸੀਂ ਫਿਰ ਅਗਰ ਕਿਸੇ ਨੂੰ ਜਿਤਾ ਨਹੀਂ ਸਕਦੇ ਤਾਂ ਹੈਰਾਨ ਦੀ ਸਥਿਤੀ ਜ਼ਰੂਰ ਖੜ੍ਹੇ ਹੋਵਾਂਗੇ। ਅਸੀਂ ਆਪਣਾ ਹੱਕ ਅਗਰ ਲੈ ਨਹੀਂ ਸਕਦੇ ਤਾਂ ਖੋਹਣ ਦੀ ਸਥਿਤੀ 'ਚ ਵੀ ਆ ਜਾਵਾਂਗੇ। ਇਹ ਚੀਜ਼ ਨੂੰ ਲੈ ਕੇ ਸਾਰਾ ਪ੍ਰੋਗਰਾਮ ਚੱਲ ਰਿਹਾ। ਦਰਅਸਲ ਬੀਤੇ ਦਿਨ ਰੁਦਰਪੁਰ ਦੇ ਗਾਂਧੀ ਪਾਰਕ ਵਿੱਚ ਪਹਿਲੀ ਵਾਰ ਕਰਵਾਏ ਗਏ ਸੂਬਾ ਪੱਧਰੀ ਪੰਜਾਬੀ ਸਿੱਖ ਮਹਾਂ ਸੰਮੇਲਨ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ, ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਉਦਯੋਗ ਕਾਰੋਬਾਰ ਦੇ ਖੇਤਰ ਵਿੱਚ ਸਿੱਖ ਸਮਾਜ ਦਾ ਵੱਡਾ ਯੋਗਦਾਨ ਰਿਹਾ। ਇਸ ਦੇ ਬਾਵਜੂਦ ਸਿੱਖ ਸਮਾਜ ਅਲੱਗ ਥਲੱਗ ਰਿਹਾ। ਇਸ ਦੇ ਬਾਵਜੂਦ ਸਿੱਖਾਂ ਨੂੰ ਬੰਨ ਦਾ ਹੱਕ ਨਹੀਂ ਦਿੱਤਾ ਗਿਆ। ਅੱਜ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਸਿੱਖ ਸਮਾਜ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਸੰਘਰਸ਼ ਕਰੇਗਾ। ਬੜੀ ਬੁਲੰਦ ਆਵਾਜ਼ ਦੇ ਵਿੱਚ ਜਿਹੜੀਆਂ ਗੱਲਾਂ ਕਰਕੇ ਗਏ ਨੇ ਕਿ ਜ਼ਮੀਨਾਂ ਅਸੀਂ ਵਾਹੀਆਂ, ਜੰਗਲ ਤੇ ਬੰਜਰ ਨੂੰ ਅਸੀਂ ਹਰਿਆਵਲ ਵਾਲੇ ਪਾਸੇ ਲੈ ਕੇ ਗਏ ਤੇ ਅੱਜ ਨਜ਼ਰਾਂ ਸਰਕਾਰ ਰੱਖਦੀਆਂ ਨੇ। ਸ਼ਾਇਦ ਤੁਹਾਡੇ 'ਚ ਬਹੁਤੇ ਉਸ ਵਕਤ ਜਨਮੇ ਨਹੀਂ ਸਨ, ਲੇਕਿਨ ਮੈਨੂੰ ਯਾਦ ਹੈ ਕਿ ਜਦੋਂ ਪੰਡਿਤ ਨਹਿਰੂ ਵੇਲੇ ਆਰਡੀਨੈਂਸ ਕਰ ਦਿੱਤਾ ਗਿਆ ਸੀਗਾ ਕਿ ਇੱਥੇ ਜਿੰਨਾ ਵੀ 30 ਤੋਂ 40 ਹਜ਼ਾਰ ਸਿੱਖ ਪਰਿਵਾਰ ਵੱਸਦਾ, ਇਹ ਜ਼ਮੀਨਾਂ ਵਾਪਸ ਉਹਨਾਂ ਨੂੰ ਦਿੱਤੀਆਂ ਜਾਣ ਜਿਹੜੇ ਓਰਿਜਨਲ ਦੇ ਮਾਲਕ ਸਨ। ਜੀ ਇੱਕ ਗੱਲ ਸਮਝ ਲੈਣਾ, ਐਡਾ ਸੌਖਾ ਨਹੀਂ ਕਿ ਤੁਸੀਂ ਸਾਡਾ ਬਣਦਾ ਹੱਕ ਮਾਰ ਜਾਓਗੇ, ਸਰਕਾਰ ਕਿਸੇ ਦੀ ਹੋਵੇ, ਲੇਕਿਨ ਅਗਰ ਵੱਡੀਆਂ ਵੱਡੀਆਂ ਸਰਕਾਰਾਂ ਦੇ ਗੋਡੇ ਲਵਾਣੇ ਹੋਣ ਨਾ ਤੇ ਉਦੋਂ ਸੰਗਠਨ ਦੇ ਵਿੱਚ ਇਕੱਠ ਚਾਹੀਦਾ ਜੋ ਵਿਰਕ ਸਾਹਿਬ ਤੇ ਉਹਨਾਂ ਦੀ ਟੀਮ ਕਰਦੀ ਪਈ। ਇਸ ਮੌਕੇ ਤੇ ਕਿਸਾਨ ਆਗੂ VM ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਖੇਤੀਬਾੜੀ ਕਰਨ ਦੇ ਵਿੱਚ ਅੱਜ ਵੀ ਸਿੱਖ ਸਮਾਜ ਸਭ ਤੋਂ ਅੱਗੇ ਹੈ। ਸਿੱਖ ਭਾਈਚਾਰੇ ਦੇ ਲੱਖਾਂ ਲੋਕ ਖੇਤੀ ਕਰ ਰਹੇ ਹਨ, ਪਰ ਕਿਸਾਨਾਂ ਨੂੰ ਅੱਜ ਆਪਣੀਆਂ ਛੋਟੀ ਤੋਂ ਛੋਟੀ ਮੰਗ ਨੂੰ ਲੈ ਕੇ ਧਰਨਾ, ਪ੍ਰਦਰਸ਼ਨ ਅਤੇ ਭੁੱਖ ਹੜਤਾਲ ਕਰਨੀ ਪੈ ਰਹੀ ਹੈ। ਕਿਸਾਨ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹਨ, ਇਸ ਦੇ ਲਈ ਸਰਕਾਰ ਜ਼ਿੰਮੇਦਾਰ ਹੈ। ਆਪਣੀ ਆਵਾਜ਼ ਅੱਗੇ ਲੈ ਕੇ ਆਓਗੇ, ਕਿਉਂਕਿ ਕਹਿੰਦੇ ਨੇ ਨਾ ਬਿਨਾਂ ਰੋਏ ਮਾਂ ਦੁੱਧ ਨਹੀਂ ਪਿਲਾਉਂਦੀ। ਸਰਕਾਰ ਨੂੰ ਦੱਸਣਾ ਪਏਗਾ ਸਾਡੀ ਤਕਲੀਫ ਕੀ ਹੈ। ਉਮੀਦ ਕਰਨਾ ਹਾਂ 8 ਤਰੀਕ ਨੂੰ ਤੇ ਸਾਰੇ ਬਾਹਰ ਨਿਕਲੋਗੇ, ਆਪਣੀ ਆਵਾਜ਼ ਬੁਲੰਦ ਕਰੋਗੇ ਤੇ ਖੇਤੀ ਨੂੰ ਫਿਰ ਜ਼ਿੰਦਾ ਕਰੋਗੇ, ਨੌਜਵਾਨਾਂ ਲਈ ਘੱਟੋ ਘੱਟ ਇੱਕ ਜੀਵਿਕਾ ਅੱਗੇ ਲੈ ਕੇ ਆਓਗੇ। ਉੱਤਰ ਪ੍ਰਦੇਸ਼ ਦੇ ਸਿੰਚਾਈ ਮੰਤਰੀ ਬਲਦੇਵ ਸਿੰਘ ਔਲਖ ਨੇ ਕਿਹਾ ਹੈ ਕਿ ਸਿੱਖ ਭਾਈਚਾਰੇ ਨੂੰ ਵੀ ਗਿਣਤੀ ਦੇ ਆਧਾਰ ਤੇ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਸਿੱਖ ਸਮਾਜ ਦੇ ਨੌਜਵਾਨਾਂ ਨੂੰ ਵੀ ਅੱਗੇ ਵਧਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦਾਜ ਅਤੇ ਨਸ਼ੇ ਵਰਗੀਆਂ ਸਮੱਸਿਆਵਾਂ ਨੂੰ ਜੜ ਤੋਂ ਮਿਟਾ ਦੇਵਾਂਗੇ। ਸਿੱਖ ਸੰਗਠਨ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪ੍ਰਧਾਨ ਜਸਵੀਰ ਸਿੰਘ ਵਿਰਕ ਨੇ ਕਿਹਾ ਹੈ ਕਿ ਸੰਗਠਨ ਸਮਾਜ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਕਜੁੱਟ ਹੈ। ਸੰਗਠਨ ਕਿਸੇ ਵੀ ਦੇਸ਼ ਵਿਰੋਧੀ ਅਤੇ ਸ਼ਰਾਰਤੀ ਤੱਤ ਦੀ ਹਮਾਇਤ ਨਹੀਂ ਕਰੇਗਾ, ਨਾ ਹੀ ਕਿਸੇ ਸਿਆਸੀ ਦਲ ਦਾ ਵਿਰੋਧ ਜਾਂ ਸਮਰਥਨ ਕਰਦਾ ਹੈ। ਉਹਨਾਂ ਕਿਹਾ ਕਿ ਸੰਗਠਨ ਵੱਲੋਂ ਸਮਾਜ ਨੂੰ ਦਾਜ ਪ੍ਰਥਾ, ਨਸ਼ਾ ਆਦਿ ਕੁਰੀਤੀਆਂ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਰੁਦਰਪੁਰ ਵਿੱਚ ਕਰਵਾਏ ਗਏ ਇਸ ਸਿੱਖ ਮਹਾਂ ਸੰਮੇਲਨ ਵਿੱਚ ਉੱਤਰਾਖੰਡ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਸਰਹੱਦੀ ਜ਼ਿਲ੍ਹਿਆਂ ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ। ਇਸ ਮੌਕੇ ਤੇ ਸਾਰੇ ਬੁਲਾਰਿਆਂ ਨੇ ਪੰਜਾਬੀ ਵਿੱਚ ਹੀ ਆਪਣੇ ਵਿਚਾਰ ਰੱਖੇ। ਸੰਮੇਲਨ ਵਿੱਚ ਮੌਜੂਦ ਹਜ਼ਾਰਾਂ ਲੋਕਾਂ ਨੇ ਬੁਲਾਰਿਆਂ ਦੇ ਨਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਵੀ ਗੁੰਜਾਏ। ਇਸ ਮੌਕੇ ਤੇ ਸੰਮੇਲਨ ਵਿੱਚ ਮੌਜੂਦ ਹਜ਼ਾਰਾਂ ਲੋਕਾਂ ਨੇ ਬੁਲਾਰਿਆਂ ਦੇ ਨਾਲ ਫਤਿਹ ਦੀ ਸਾਂਝ ਪਾ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਗਾਏ। ਅਗਰ ਤੁਸੀਂ ਹਾਊਸਵਾਈਫ ਹੋ ਜਾਂ ਆਲਰੇਡੀ ਟੀਚਿੰਗ ਪ੍ਰੋਫੈਸ਼ਨ ਵਿੱਚ ਹੋ ਤਾਂ ਤੁਹਾਡੇ ਲਈ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ। ਅਬੈਕਸ ਸੇਲਸ ਅਕੈਡਮੀ ਕੋਈ ਵੀ ਰਾਇਲਟੀ ਚਾਰਜ ਨਹੀਂ ਕਰਦਾ ਤੇ ਇੱਕ ਬਹੁਤ ਹੀ ਮਿਨੀਮਮ ਫੀ ਪੇ ਕਰਕੇ ਤੁਸੀਂ ਐਜ਼ ਅ ਫਰੈਂਚਾਈਜ਼ ਸਾਨੂੰ ਜੁਆਇਨ ਕਰ ਸਕਦੇ ਹੋ ਤੇ ਪਰ ਮੰਥ ਅਰਾਊਂਡ 25 to 50,000 ਅਰਨ ਕਰ ਸਕਦੇ ਹੋ। ਅਬੈਕਸ ਸੇਲਸ ਅਕੈਡਮੀ ਪਿਛਲੇ 12 ਸਾਲ ਤੋਂ ਟੀਚਰਸ ਨੂੰ ਅਬੈਕਸ ਦੀ ਟ੍ਰੇਨਿੰਗ ਦੇ ਰਿਹਾ ਹੈ ਤੇ ਸਾਡੇ ਬੱਚੇ ਅਰਾਊਂਡ 112 ਵਰਲਡ ਤੇ ਨੈਸ਼ਨਲ ਰਿਕਾਰਡ ਬਣਾ ਕੇ ਆਪਣਾ ਨਾਮ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਚੁੱਕੇ ਨੇ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।